ਵੀ ਦਿੰਦਾ ਕਿ ਪੰਜਾਬ ਦੇ ਲੋਕਾਂ ਨੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਉਹਨਾਂ ਤੇ ਪਈ ਹੈ ਬਟ ਉਹਦੇ ਨਾਲ ਦੀ ਨਾਲ ਜਲੰਧਰ ਨੌਰਥ ਦੇ ਸੁਪੋਟਰ ਸਹਿਬਾਨ ਦਾ ਖਾਸ ਕਰਕੇ ਆਪਣੇ ਪਰਿਵਾਰ ਵੱਲੋਂ ਆਪਣੇ ਪਿਤਾ ਜੀ ਵੱਲੋਂ ਆਪਣੇ ਮਾਤਾ ਜੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਪਿਛਲੇ 5 ਸਾਲ ਦੇ ਜਿਹੜੇ ਕਾਂਗਰਸ ਪਾਰਟੀ ਦੇ ਸੁਪੋਟਰ ਵਰਕਰ ਸਹਿਬਾਨ ਸੀ ਉਹਨਾਂ ਦੀ ਕੀਤੀ ਹੋਈ ਮੁਸ਼ਕਲ ਉਹਨਾਂ ਦੀ ਕੀਤੀ ਹੋਈ ਮਿਹਨਤ ਤੇ ਲੋਕਾਂ ਦੇ ਲਾਭ ਜਿਹੜਾ ਉਹਨਾਂ ਨੇ 5 ਸਾਲ ਆਪਣੇ ਪਰਿਵਾਰ ਨਾਲ ਕੱਟਿਆ ਉਹਨਾਂ ਨੂੰ ਇੱਕ ਤਰਜੀਹ ਦੇ ਕੇ ਇੱਕ ਬਹੁਤ ਹੀ ਇਤਿਹਾਸਕ ਜਿੱਤ ਕਾਂਗਰਸ ਪਾਰਟੀ ਦੀ ਚੋਣ ਦੇ ਵਿੱਚ ਆਈ ਹੈ ਇਹਦੇ ਨਾਲ ਸਾਡੇ ਤੇ ਆਈ ਹੈਗੀ ਹੈ ਕਿ ਨਾ ਕੇਵਲ ਅਸੀਂ ਜਲੰਧਰ ਨੌਰਥ ਦਾ ਬਟ ਸਮੂਹ ਜਿਹੜੇ ਕਾਂਗਰਸ ਵਰਕਰ ਸਹਿਬਾਨ ਹੈ ਉਹਨਾਂ ਦਾ ਤਹਿ ਦਿਲ ਤੋਂ ਸਰ ਉੱਪਰ ਅਸੀਂ ਗੱਲ ਕਰੀਏ ਕਿ ਆਮ ਆਦਮੀ ਪਾਰਟੀ ਸਰਕਾਰ ਆ ਹੁਣ ਕੰਮ ਵੀ ਜ਼ਿਆਦਾ ਤੁਹਾਡੀ ਜ਼ਿੰਮੇਵਾਰੀ ਵੀ ਜ਼ਿਆਦਾ ਵੱਧ ਗਈਆਂ ਤੇ ਕੀ ਗੱਲ ਉਹ ਕੰਮ ਚੱਲਦੇ ਰਹਿਣਗੇ ਜਾਂ ਕਿਤੇ ਨਾ ਕਿਤੇ ਸਟੋਪੇਜ ਲੱਗੇਗਾ ਸਰ ਜਿਹੜੇ ਡਿਵੈਲਪਮੈਂਟ ਦੇ ਕੰਮ ਹੈਗੇ ਆ ਆਲਰੇਡੀ ਜਿਹੜੀ 5 ਸਾਲਾਂ ਦੇ ਵਿੱਚ ਕਾਮੇ ਉਹ ਸਮਾਰਟ ਸਕੂਲ ਬਣਾਉਣ ਦਾ ਹੋਵੇ ਭਾਵੇਂ ਉਹ ਸਪੋਰਟ ਸਟੇਡੀਅਮ ਬਣਾਉਣ ਦਾ ਹੋਵੇ ਭਾਵੇਂ ਨਵਾਂ ਐਸਟੀਪੀ ਬਣਾਉਣ ਦਾ ਹੋਵੇ ਭਾਵੇਂ ਅੰਡਰ ਬ੍ਰਿਜ ਬਣਾਉਣ ਦਾ ਹੋਵੇ ਉਹ ਸਾਰੇ ਜਿਹੜੇ ਕੰਮ ਹੈ ਉਹਨਾਂ ਦੇ ਆਲਰੇਡੀ ਜਿਹੜੇ ਪੈਸੇ ਹੈਗੇ ਐਲੋਕੇਟਡ ਹੈਗੇ ਆ ਤੇ ਲਗਾਤਾਰ ਜਿਹੜੇ 5 ਸਾਲਾਂ ਦੇ ਵਿੱਚ ਜਲੰਧਰ ਨੌਰਥ ਦੇ ਵਿੱਚ ਡਿਵੈਲਪਮੈਂਟ ਹੋਈ ਹੈ ਉਹਦੇ ਸਦਕੇ ਇਹ ਡਿਵੈਲਪਮੈਂਟ ਅੱਗੇ ਵੀ ਚੱਲ ਰਹੀ ਹੋਵੇਗੀ ਅਤੇ ਅਸੀਂ ਹੋਰ ਵੀ ਇਹਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗੇ ਭਾਵੇਂ ਸਰਕਾਰ ਬਿਲਕੁਲ ਦੋਸਤੋ ਫਿਰ ਤੋਂ ਗੱਲਬਾਤ ਕਰ ਰਿਹਾ ਉਸ ਦੇ ਬੱਬਰ ਸ਼ੇਰ ਨਾਲ ਜੋ ਅੱਜ ਇੱਕ ਮਹੀਨਾ ਪਹਿਲਾਂ ਅਸੀਂ ਮਿਲੇ ਸੀ ਹੁਣ ਫਿਰ ਅਸੀਂ ਗੱਲ ਕਰ ਰਹੇ ਹਾਂ ਕਿ ਗੱਜਣ ਦੀ ਗੱਲ ਕਰੀਏ ਰੱਜ ਕੇ ਗੱਜ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ ਬਾਬਾ ਜੀ ਦੀ ਗੱਲ ਕਰੀਏ ਪਰਿਵਾਰ ਦੀ ਗੱਲ ਕਰੀਏ ਅੱਜ ਫਿਰ ਆਮਲੇ ਸਾਹਮਣੇ ਚੈਨਲ ਦਾ ਬਾਬਾ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਬੜੀ ਖੁਸ਼ੀ ਦਾ ਮਾਹੌਲ ਹੈ ਤੇ ਜਨਤਾ ਦਾ ਧੰਨਵਾਦ ਕਰਨਾ ਜੀ ਕਿਸ ਤਰੀਕੇ ਨਾਲ ਕਰੋਗੇ ਤੁਸੀਂ ਇਹਨਾਂ ਵੀ ਬਹੁਤ ਧੰਨਵਾਦੀ ਆ ਇਹਨਾਂ ਦੀ ਸਖਤ ਮਿਹਨਤ ਸਦਕਾ ਜੋ ਜਿੱਤ ਪ੍ਰਾਪਤ ਹੋਈ ਹੈ ਅਤੇ ਜਿੱਤ ਦਾ ਸਿਹਰਾ ਜਿਹੜਾ ਹੈ ਸਾਰੇ ਵਰਕਰ ਸਾਹਿਬਾਂ ਚੁੱਕਦਾ ਵੀ ਉਹਨਾਂ ਨੇ ਅੱਜ 40 ਸਾਲ ਦੇ ਕੈਰੀਅਰ ਦੇ ਵਿੱਚ ਮੈਨੂੰ ਬਹੁਤ ਹੀ ਸਪੋਰਟ ਦਿੱਤੀ ਹੈ ਇਹਨਾਂ ਸਪੋਰਟ ਦਾ ਸਦਕਾ ਹੈ ਕਿ ਮੇਰੇ ਵਿੱਚ ਐਨਰਜੀ ਹੈ ਸਾਰਿਆਂ ਦੇ ਸੱਚੇ ਔਰ ਆਪਣੇ ਹੈ ਦੇਸ਼ ਦੀ ਸੇਵਾ 40 ਸਾਲ ਪਹਿਲਾਂ ਜੋ ਐਨਰਜੀ ਸੀ ਸਰ ਤੁਹਾਡੇ 'ਚ ਉਹੀ ਹੁਣ ਵੇਖਦੀ ਹੈ ਕੀ ਗੱਲ ਵਰਕਰਾਂ ਦਾ ਪਿਆਰ ਆ ਲੋਕਾਂ ਦਾ ਇਸੇ ਕਰਕੇ ਇਹਨਾਂ ਦੇ ਪਿਆਰ ਦੇ ਸਾਥ ਠੀਕ ਹੈ ਇਹਨਾਂ ਨੇ ਇਹਨਾਂ ਪਿਆਰ ਦਿੱਤਾ ਇਹ ਉਹ ਜਾਂ ਪੁਰਾਣਾ ਦੀ ਗੱਲ ਸੀ ਜਿਸ ਟਾਈਮ 'ਤੇ ਕੋਈ ਇਨਕਾਰ ਹੋਇਆ ਸੀ ਇਹਨਾਂ ਦੀ ਮਿਹਨਤ ਸਦਕਾ ਹੈ ਇਹਨਾਂ ਇੰਨਾ ਪਿਆਰ ਦਿੱਤਾ ਕਿ ਹਰੇਕ ਕੁਮਾਰ ਦੇ ਦੌਰਾਨ ਬਾਬਾ ਜੀ ਆਪਣੇ ਸੀ ਜੋ ਵੀ ਜਿੱਤ ਪ੍ਰਾਪਤ ਕੀਤੀ ਅੱਜ ਵੀ ਇਹਨਾਂ ਦੀ ਮਿਹਨਤ ਦਾ ਸਦਕਾ ਇਹਨਾਂ ਦੇ ਪਿਆਰ ਦਾ ਸਦਕਾ ਅਤੇ ਇੰਨੀ ਵੱਡੀ ਜਿੱਤ ਪ੍ਰਾਪਤ ਹੋਈ ਹੈ ਤਹਿ ਦਿਲੋਂ ਪਰਿਵਾਰ ਵੱਲੋਂ ਸਾਰੇ ਵੱਲੋਂ ਬਿਲਕੁਲ ਦੋਸਤ ਅਸੀਂ ਗੱਲ ਕਰ ਰਹੇ ਹਾਂ ਉਸ ਸ਼ਖਸੀਅਤ ਦੀ ਗੱਲ ਕਰ ਰਹੇ ਹਾਂ ਜਿਹਨਾਂ ਨੇ ਪੰਜਾਬ 'ਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਉਹ ਸ਼ਖਸੀਅਤ ਦਾ ਨਾਮ ਹੈ ਕਿ ਅਜੇ ਤੱਕ ਜੋ 40 ਸਾਲ ਪਹਿਲਾਂ ਜੋ ਇਹਨਾਂ 'ਚ ਐਨਰਜੀ ਸੀ 40 ਸਾਲ ਬਾਅਦ ਵੀ ਉਹ ਐਨਰਜੀ ਮਿਲਦੀ ਪਈ ਹੈ ਇਸੇ ਕਰਕੇ ਜਨਤਾ ਦੇ ਦਿਲਾਂ 'ਚ ਕਰ ਰਹੇ ਨਾ ਰਾਜ ਅਵਤਾਰ ਰਹਿਣੇ ਜੀ ਮੈਂ ਤੁਹਾਡਾ ਆਪਣਾ SK ਸਿੱਖਣਾ ਕੈਮਰਾਮੈਨ ਦੇ ਨਾਲ ਆਜ ਤੱਕ ਆਮਲੇ ਸਾਹਮਣੇ ਜਲੰਧਰ ਤੋਂ ਆਵਾਜ਼ ਜੀ।